ਕੁਝ ਦਿਨ ਪਹਿਲਾਂ ਜਲੰਧਰ ਦੇ ਇੱਕ ਕੱਪੜਾ ਵਪਾਰੀ ਨੂੰ ਇੱਕ ਚਿੱਠੀ ਦੇ ਨਾਲ ਇੱਕ ਗੋਲੀ ਮਿਲੀ ਸੀ ਅਤੇ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਨੂੰ ਸੁਲਝਾਉਂਦਿਆਂ ਜਲੰਧਰ ਪੁਲਿਸ ਨੇ 8 ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਨਹੀਂ ਜਾਂ ਫਿਰ ਨਹੀਂ। ਪੁਲਿਸ ਨੇ ਫੜੇ ਗਏ ਗੈਂਗਸਟਰ ਦੇ ਕੋਲੋਂ 3 ਨਜਾਇਜ਼ ਪਿਸਟਲ, 10 ਕਾਰਤੂਸ ਅਤੇ 4 ਮੈਗਜ਼ੀਨ ਸਮੇਤ ਗੱਡੀਆਂ ਵੀ ਬਰਾਮਦ ਕੀਤੀਆਂ। ਸੋ ਇਸ ਸੰਬੰਧੀ ਜਲੰਧਰ ਕਮਿਸ਼ਨਰ ਰੇਟ ਪੁਲਿਸ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਜਲੰਧਰ ਦੇ ਕਰਮਾ ਫੈਸ਼ਨ ਕੱਪੜਾ ਵਪਾਰੀ ਨੂੰ ਇੱਕ ਧਮਕੀ ਭਰੀ ਜਿਹੜੀ ਚਿੱਠੀ ਮਿਲੀ ਸੀ। ਚਿੱਠੀ ਦੇ ਵਿੱਚ ਲੱਖਾਂ ਰੁਪਇਆਂ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਸ ਨੂੰ ਡਰਾਉਣ ਦੇ ਲਈ ਗੋਲੀ ਵੀ ਚਲਾਈ ਗਈ ਸੀ। ਧਮਕੀ ਭਰੇ ਪੱਤਰ ਦੇ ਵਿੱਚ ਉਸਨੇ ਲਿਖਿਆ ਸੀ ਕਿ ਇਹ ਲੋਕ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਨੇ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਹ ਜੀ ਕਰਮਾ ਫੈਸ਼ਨਜ਼ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ, ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਨਸਮ ਵਾਸਤੇ ਲਿਖਿਆ ਹੋਇਆ ਸੀ। ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ, ADCP ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨੁਮਾਈ ਹੇਠ, ACP ਕ੍ਰਾਈਮ, ACP ਸੈਂਟਰਲ ਅਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਹੈਗੇ ਇੰਦਰਜੀਤ, ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੇ ਤੁਸੀਂ ਦੇਖ ਹੀ ਲਿਆ। ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ, ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ। ਸੰਜੇ ਹੈ, ਇੱਕ ਦੀਪਕ ਹੈ, ਇੱਕ ਗਜਿੰਦਰ ਹੈ, ਰਾਧੇ ਹੈ, ਅਭਿਸ਼ੇਕ ਗਿੱਲ ਹੈ, ਪੱਪੂ ਹੈ, ਮਨੋਜ ਹੈ, ਦੀਪਕ ਹੈ। ਨਹੀਂ ਨਹੀਂ ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੌਤੀ ਮੰਗੀ ਜੀ, ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਆਇਆ ਇਹਦਾ, ਉਹ ਇਨਵੈਸਟੀਗੇਸ਼ਨ। ਮਾਸਟਰ ਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ, ਉਹ ਤਾਂ ਮਨੋਜ ਐਂਡ ਰਾਧੇ ਸੀਗੇ ਜੀ, ਰਾਧੇ ਜਿਹੜੇ ਦੋ ਬੰਦੇ। ਵੈਪਨ ਤੇ ਇਹਨਾਂ ਨੇ ਬਾਹਰੋਂ ਮੰਗਾਏ ਜੀ, ਬਾਹਰੋਂ ਮੀਨਸ ਦੋ ਤਾਂ ਪਾਕਿਸਤਾਨੀ ਨੇ, ਇੱਕ ਉਹ ਬਟ ਇਹਨਾਂ ਦੇ ਲਏ ਦਾ ਇੱਥੋਂ ਗੰਗਾਨਗਰ ਸਾਈਡ ਤੋਂ ਨੇ, ਠੀਕ ਹੈ ਜੀ, ਔਰ ਕਿਸੇ ਜਿਹੜੇ ਬੰਦਿਆਂ ਤੋਂ ਲਏ ਨੇ, ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿੱਥੋਂ ਲਏ ਕਿਵੇਂ ਦੇ, ਉਹ ਅਸੀਂ ਟਰੈਕ ਕਰਾਂਗੇ। ਨਹੀਂ ਇਹਨਾਂ ਦੀ ਬੈਕਗ੍ਰਾਉਂਡ ਕੋਈ ਐਜ ਸੱਚ ਕ੍ਰਿਮੀਨਲ ਨਹੀਂ ਹੈਗੇ, ਫਸਟ ਟਾਈਮ ਮੰਗੀ ਹੈ, ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ 'ਚ ਔਰ ਇਹ ਇਹੋ ਜਿਹੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕ੍ਰੈਕ ਨਾ ਹੁੰਦਾ। ਜੇ ਹੁਣ ਤਫਤੀਸ਼ 'ਚ ਦੇਖਾਂਗੇ ਜੀ, ਪਰ ਹਾਲੇ ਤੱਕ ਕੋਈ ਲਿੰਕ ਇਸ ਤਰ੍ਹਾਂ ਦੀ ਗੋਲੀ ਭੇਜੀ ਸੀ ਨਾਲ, ਉਹ ਅਸਲੀ ਸੀ ਉਸ ਦਿਨ ਕਿ ਨਕਲੀ ਸੀ? ਉਹ ਅਸਲੀ ਸੀਗੀ। ਨਹੀਂ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਸੀ, ਉਹ ਹਾਲੇ ਕਲੀਅਰ ਹੋਏਗਾ ਵੀ ਉਹ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ, ਇਹ ਹਾਲੇ ਇਨਵੈਸਟੀਗੇਸ਼ਨ ਚਾਹੀਦਾ ਜੀ। ਹੋਰ ਕਿੰਨੇ ਬੰਦੇ ਇਹਨਾਂ ਦੇ ਨਾਲ ਆਉਂਦੇ? ਹਾਂਜੀ ਹਾਂਜੀ ਮਿਲੇ,
ਤਿੰਨ ਜੀ ਪਿਸਤੌਲ ਸਰ ਕਰਮਾ ਫੈਸ਼ਨ ਹੋ ਗਈ ਕਿਉਂ ਚੁਣੀ ਇਹਨਾਂ ਨੇ ਸ਼ਹਿਰ ਦੇ ਵਿੱਚ ਡਿਫਰੈਂਟ ਬਿਜ਼ਨਸ ਹਾਊਸਿਸ ਦੇ ਬਾਰੇ ਰੈਕੀ ਕਰ ਰਹੇ ਸੀ ਇਹਨਾਂ ਦੇ ਪਹਿਲੇ ਉਹ ਆ ਗਿਆ ਹਾਂ ਫਸਟ ਟਾਰਗੇਟ ਉਹ ਆ ਗਿਆ ਕਿਸ ਤਰੀਕੇ ਨਾਲ ਆਇਆ ਹੁਣ ਇਹ ਤਫਤੀਸ਼ ਆਏਗਾ ਕਿ ਉਹਨਾਂ ਨੇ ਉਹਨੂੰ ਹੀ ਕਿਉਂ ਚੁਣਿਆ ਹੋਰ ਕਿਸੇ ਨੂੰ ਕਿਉਂ ਨਹੀਂ ਕਹਿਣਾ ਨਹੀਂ ਇਹਨਾਂ ਦੇ ਨਾਲ ਕੋਈ ਹਜੇ ਲਿੰਕ ਹਾਲੇ ਤੱਕ ਨਹੀਂ ਸਾਹਮਣੇ ਆਇਆ ਤਫਤੀਸ਼ ਦੇ ਵਿੱਚ ਦੇਖਦੇ ਹਾਂ ਕੀ ਆਉਂਦਾ